ਮਾਂ ਦਾ ਦਰਜਾ ਅਤੇ ਮਾਂ ਦਾ ਸਥਾਨ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਮਾਂ ਹੀ ਹੁੰਦੀ ਹੈ ਜੋ ਬਚਪਨ ਤੋਂ ਹੀ ਬੱਚੇ ਲਈ ਅਸਹਿ ਅਤੇ ਅਕੈ ਦੁੱਖ ਸਹਾਰਦੀ ਹੈ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਕੋਈ ਵੀ ਕਮੀ ਨਹੀਂ ਛੱਡਦੀ। ਅਜਿਹੇ ਹੀ ਸਨ ਮਾਤਾ ਗੁਰਮੇਲ ਕੌਰ ਜੀ। ਮਾਤਾ ਗੁਰਮੇਲ ਕੌਰ ਜੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਨਾ ਕੇਵਲ ਜ਼ਿੰਦਗੀ ਵਿੱਚ ਚੰਗੇ ਸੰਸਕਾਰ ਹੀ ਦਿੱਤੇ ਬਲਕਿ ਉਨ੍ਹਾਂ ਨੂੰ ਸਹੀ ਸੇਧ ਦੇ ਕੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੱਚੇ ਸਮਾਜ ਵਿੱਚ ਅਹਿਮ ਸਥਾਨ ਰੱਖਦੇ ਹਨ ਅਤੇ ਆਪਣੀ ਮਾਤਾ ਜੀ ਦੇ ਪਾਏ ਪੂਰਨਿਆਂ ਅਨੁਸਾਰ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਸਮਾਜ ਵਿੱਚ ਨਾਮਨਾ ਖੱਟ ਰਹੇ ਹਨ। ਆਪ ਜੀ ਦੇ ਵੱਡੇ ਬੇਟੇ ਸਰਦਾਰ ਭਗਵੰਤ ਸਿੰਘ ਜੀ ਬਹੁਤ ਹੀ ਹੋਣਹਾਰ ਹਨ ਅਤੇ ਬੂਲ ਪਿੰਡ ਦੀ ਸਰਪੰਚ ਵਜੋਂ ਸੇਵਾ ਕਰ ਰਹੇ ਹਨ। ਮਾਤਾ ਗੁਰਮੇਲ ਕੌਰ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਉਨ੍ਹਾਂ ਦੇ ਪਿੰਡ ਬੂਲ ਨਜ਼ਦੀਕ ਡੇਲੋ ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਕਿਉਂ ਰੱਖਿਆ ਜਾ ਆਵਤ ਕਿਨੈਰਾ ਰੱਖਿਆ ਜਾਵਤ ਕਿਉਂ ਰੱਖਿਆ ਜਾ ਜਿਸ ਤੇ ਹੋਆ ਸੋਈ ਪਰ ਜਾਣੇ ਜਾ ਉਸ ਹੀ ਮਾਹੇ ਸਮਾਏ ਜਿਸ ਤੇ ਹੋਆ ਸੋਈ ਪਰ ਜਾਣੇ ਜਾ ਉਸ ਹੀ ਮਾਹੇ ਸਮਾਏ ਤੇਰੀ ਰਜਾਏ ਤੇਰੀ ਰਜਾਏ ਤੇਰੀ ਰਜਾਏ ਤੇਰੀ ਰਜਾ ਤੂੰ ਹੈ ਕਰ ਹੈ ਸੋਈ ਪਰ ਹੋਏਗਾ ਜੋ ਕਿਛ ਕਰ ਹੈ ਸੋਈ ਪਰ ਹੋਏਗਾ ਔਰ ਨਾ ਕਰਨਾ ਜਾਏ ਔਰ ਨਾ ਕਰਨਾ ਜਾਏ ਤੇਰੀ ਰਜਾਏ ਤੇਰੀ ਰਜਾਏ ਤੇਰੀ ਰਜਾਏ ਤੇਰੀ जैसे हर हट की माला टिंड लगत है एक सखनी होर फेर परियत है जैसे हर हट की माला टिंड लगत है एक सखनी होर फेर परियत है। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਜ ਦੀ ਸੇਵਾ ਦੇ ਵਿੱਚ ਆਇਆ ਪਹਿਲਾਂ ਨੰਬਰਦਾਰ ਰਿਆਤ ਸਿੰਘ ਜੀ ਜੋ ਸਰਪੰਚ ਸਰਦਾਰ ਭਗਵੰਤ ਸਿੰਘ ਜੀ ਦੇ ਫਾਦਰ ਸਾਹਿਬ ਸਨ ਉਹਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਸੇਵਾ ਦੇ ਵਿੱਚ ਲਾਇਆ। ਉਹਦੇ ਪਿੱਛੇ ਮਾਤਾ ਜੀ ਦਾ ਬੜਾ ਹੱਥ ਸੀ। ਉਸ ਤੋਂ ਬਾਅਦ ਉਹੀ ਲੈਨ ਫੜਦੇ ਆ ਸਰਪੰਚ ਭਗਵੰਤ ਸਿੰਘ ਜੀ ਕੋਲ ਨੇ ਜਿੱਥੇ ਸਮਾਜ ਦੀ ਸੇਵਾ ਕੀਤੀ ਇਲਾਕੇ ਦੀ ਸੇਵਾ ਕੀਤੀ ਉੱਥੇ ਪਿੰਡ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਸ ਦੇ ਪਿੱਛੇ ਵੀ ਮਾਤਾ ਗੁਰਮੇਲ ਕੌਰ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਜੋ ਆਇਆ ਸੋ ਚੱਲ ਸੀ, ਸਭ ਕੋਈ ਅਧਿਕਾਰੀ ਹੈ, ਸਾਰਿਆਂ ਨੇ ਸੰਬੰਧ ਸੰਸਾਰ ਤੋਂ ਚਲੇ ਜਾਣਾ, ਰਹਿਣਾ ਕਿਸੇ ਨੇ ਨਹੀਂ। ਜਿੱਥੇ ਮਾਤਾ ਜੀ ਦੇ ਜਾਣ ਦਾ ਬਹੁਤ ਵੱਡਾ ਗਮ ਹੈ,
ਉੱਥੇ ਖੁਸ਼ੀ ਇਸ ਗੱਲ ਦੀ ਹੈ ਕਿ ਮਾਤਾ ਜਿਹੜਾ ਆਪਣਾ ਸੰਸਾਰ ਜੀਵਨ ਹੈ ਉਹ ਧਰਮ ਨਾਲ ਪਾਠ ਸਾਹਿਬ ਲੈ ਕੇ ਗਏ। ਇਸ ਨਵੀਂ ਦੁਨੀਆ ਦੇ ਵਿੱਚ ਵਿਚਰ ਕੇ ਜੋ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਉਹ ਸਾਰਿਆਂ ਦੇ ਸਾਹਮਣੇ ਨਮਰਤਾ ਗੈਰ ਸੋਹਣੇ ਮੇਰੇ ਬਹੁਤ ਹੀ ਨਜ਼ਦੀਕੀ ਸਨ। ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਰਹਿੰਦੇ ਸੀ, ਇਸ ਘਰ ਦੇ ਵਿੱਚ ਮੇਰਾ ਬਹੁਤ ਮਨਕਾਮ ਸੀ। ਘਰ ਦੇ ਵਿੱਚ ਮਹਿਮਾਨਬਾਜ਼ੀ ਬਹੁਤ ਅੱਛੀ ਸੀ। ਇਹੀ ਕਾਰਨ ਹੈ ਕਿ ਅੱਗੋਂ ਵੀ ਮਾਤਾ ਜੀ ਨੇ ਮੇਰੇ ਪਤੀ ਨੂੰ ਆਪਣਾ ਦੱਸੀ ਹੋਈ ਪਹੁੰਚਾ ਕੇ ਰੱਖਿਆ, ਆਪਣੇ ਬੱਚਿਆਂ ਨੂੰ ਆਪਣੇ ਉੱਪਰ ਥੱਲੇ ਲੈ ਕੇ ਉਹਨਾਂ ਨੂੰ ਸੂਇਆਂ ਦੇ ਵਿੱਚ ਕਾਮਯਾਬ ਬਣਾਇਆ। ਇਸ ਦੇ ਕਾਰਨ ਅੱਜ ਉਹਨਾਂ ਦਾ ਬੱਚਾ ਇਸ ਪਿੰਡ ਦੇ ਨਾਂ ਨੂੰ ਸੰਭਾਲ ਰਿਹਾ, ਸਰਪੰਚ ਹੈ। ਪਹਿਲਾਂ ਨਿਬੜਦਾ ਰਹੇ ਲੇਕਿਨ ਸਰਦਾਰ ਸੋਹਣ ਕੋਲ ਸੀ, ਹੁਣ ਇਹਨਾਂ ਕੋਲ ਸਰਪੰਚ ਵੀ ਪਿੰਡ ਦੀ ਸੇਵਾ ਕਰਦਾ, ਡਿਵੈਲਪਮੈਂਟ ਦੇ ਵਿੱਚ ਬਹੁਤ ਹਿੱਸਾ ਲੈਂਦਾ। ਸਾਡੇ MLA ਸ਼ਿਵਾਨ ਸਾਹਿਬ ਦੇ ਪੂਰੇ ਸਾਥੀ ਨੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਰਹਿ ਕੇ ਬਹੁਤ ਗ੍ਰਾਂਟਾਂ ਲੈਂਦੇ ਨੇ ਪਿੰਡ ਦੇ ਨਾਲ। ਮਾਂ ਦਾ ਰਿਸ਼ਤਾ ਬਹੁਤ ਅਜੀਬ ਰਿਸ਼ਤਾ ਹੈ। ਮਾਂ ਆਪਣੇ ਬੇਟੇ ਦੀ ਬਹੁਤ ਛੋਟੀ ਜਿਹੀ ਖੁਸ਼ੀ ਦੀ ਖਾਤਰ ਆਪਣੀ ਜ਼ਿੰਦਗੀ ਭਰ ਦਾ ਖਜ਼ਾਨਾ ਬਚਾਉਣ ਤੋਂ ਕਦੇ ਗੁਰੇਜ਼ ਨਹੀਂ ਕਰਦੀ। ਇਹ ਸਿਰਫ ਮਾਂ ਹੀ ਹੈ। ਔਰ ਇਨਸਾਨ ਦੀ ਜਦੋਂ ਤਕਲੀਫ ਵਿੱਚ ਹੁੰਦਾ ਹੈ ਉਸ ਨੂੰ ਜਾਂ ਤਾਂ ਰੱਬ ਜ਼ਿਆਦਾ ਆਉਂਦਾ ਹੈ ਜਾਂ ਫਿਰ ਸਭ ਤੋਂ ਹਮਦਰਦ ਜੋ ਉਸਾ ਹੋਵੇ ਉਸਦੀ ਯਾਦ ਆਉਂਦੀ ਹੈ। ਬੰਦੇ ਨੂੰ ਚੋਟ ਲੱਗ ਜਾਏ ਜਾਂ ਕਿਸੇ ਤਕਲੀਫ ਦੇ ਵਿੱਚ ਹੋਵੇ ਤਾਂ ਉਸ ਬਾਪੂ ਦੇ ਮੂੰਹ ਚੋਂ ਰਿਕਾਰ ਨਹੀਂ ਵਧੀਆ ਹਾਏ ਮਾਂ। ਮਾਂ ਦਾ ਰਿਸ਼ਤਾ ਇਹੋ ਜਿਹਾ ਹੈ, ਮਾਂ ਬੇਸ਼ੱਕ ਚਲੀ ਜਾਏ ਲੇਕਿਨ ਬੇਟਾ ਔਰ ਬੇਟੀ ਜਦ ਤੱਕ ਜਿਉਂਦੇ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਂ ਦੀ ਯਾਦ ਉਹਨਾਂ ਦੇ ਨਾਲ ਸਾਂਝਾ ਰਹਿੰਦੀ ਹੈ। ਮਾਤਾ ਗੁਰਮੀਤ ਕੌਰ ਜੀ ਨੇ ਵੀ ਸੰਸਾਰ ਦੇ ਵਿੱਚ ਆ ਕੇ ਇੱਥੇ ਹੋਣਹਾਰ ਬੇਟੀ ਬਣ ਕੇ ਬੇਟੀ ਦੀ ਜ਼ਿੰਮੇਵਾਰੀ ਨਿਭਾਈ, ਇੱਕ ਆਗਿਆਕਾਰੀ ਪਤਨੀ ਬਣ ਕੇ ਪਤਨੀ ਦੀ ਜ਼ਿੰਮੇਵਾਰੀ ਨਿਭਾਈ, ਇੱਕ ਆਦਰਸ਼ ਮਾਂ ਬਣ ਕੇ ਇੱਕ ਮਾਂ ਦੀ ਜ਼ਿੰਮੇਵਾਰੀ ਨਿਭਾਈ, ਆਪਣੇ ਪਰਿਵਾਰ ਦੀ ਪਰਵਰਿਸ਼ ਜਿਹੜੀ ਹੈਗੀ ਹੈ ਬੜੇ ਚੰਗੇ ਢੰਗ ਨਾਲ ਕੀਤੀ, ਆਪਣੇ ਬੱਚਿਆਂ ਨੂੰ ਚੰਗੀ ਸੇਧ ਦਿੱਤੀ। ਬੇਸ਼ੱਕ ਮਾਤਾ ਗੁਰਮੀਤ ਕੌਰ ਜੀ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਕੇ ਉਹਦੇ ਨਾਲ ਨਾਲ ਆਪਣੀ ਉਮਰ ਭੋਗ ਕੇ ਗਏ ਨੇ। ਪਰ ਮੈਂ ਸਮਝਦਾ ਕਿ ਉਹ ਸਤਿਕਾਰਯੋਗ ਮਾਤਾ ਦੀ ਪਰਿਵਾਰ ਨੂੰ ਹਾਲੇ ਬਹੁਤ ਲੋੜ ਸੀ। ਮਾਤਾ ਜੀ ਦੇ ਚਲੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵਾ, ਉੱਥੇ ਇਸ ਨਗਰ ਇਸ ਇਲਾਕੇ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਗਾ। ਭੂਆ ਜੀ ਦੀ ਮੈਂ ਗੱਲ ਕਰਾਂ ਤਾਂ ਉਹ ਬੜੇ ਨਿੱਘੇ ਤੇ ਨੇਕ ਸੁਭਾਅ ਦੇ ਇਨਸਾਨ ਸਨ। ਸੋ ਅੰਤ ਵਿੱਚ ਜਿੰਨੇ ਵੀ ਰਿਸ਼ਤੇਦਾਰ ਦੋਸਤ ਮਿੱਤਰ ਨਗਰ ਨਿਵਾਸੀ ਦੂਰੋਂ ਨੇੜੇ ਚੱਲ ਕੇ ਪਰਿਵਾਰ ਦੇ ਨਾਲ ਦੁੱਖ ਮਨਾਉਣ ਲਈ ਪਹੁੰਚੇ ਹੋ, ਤੁਹਾਡਾ ਸਭ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਮਾਤਾ ਜੀ ਦੇ ਨਿਮਿਤ ਕੁਛ ਸੰਸਥਾਵਾਂ ਲਈ ਦਾਨ ਲਈ ਦਾਨ ਦਿੱਤਾ ਗਿਆ। ਇਸਦੇ ਵਿੱਚ ਗੁਰਦੁਆਰਾ ਸਾਹਿਬ ਲਈ 5,100 ਰੁਪਇਆ, ਭਾਈ ਜੀ ਬੇਰੀ ਸਾਹਿਬ ਲਈ 5,100 ਰੁਪਇਆ, ਸਕੂਲ ਲਈ 1,100 ਰੁਪਇਆ, ਹਨੂੰਮਾਨ ਮੰਦਰ ਲਈ 1,100 ਰੁਪਇਆ, ਧਰਮਸ਼ਾਲਾ ਲਈ 1,100 ਰੁਪਇਆ, ਗੁਰਦੁਆਰਾ ਚਾਲੇ ਸਾਹਿਬਾਂ ਦੇ ਵਾਸਤੇ 1,100 ਰੁਪਇਆ, ਪੀਰਖਾਨੇ ਲਈ 1,100 ਰੁਪਇਆ, ਸੰਬੰਧਿਤ ਸੰਸਥਾਵਾਂ ਦੇ ਮੈਂਬਰ ਜਾਂ ਪ੍ਰਧਾਨ ਇਹ ਸਰਦਾਰ ਭਗਵੰਤ ਸਿੰਘ ਤੋਂ ਅੱਗੇ ਲੈ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।